ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਦੇ ਆ ਅੱਜ ਦੀ ਇਸ ਵੀਡੀਓ ਵਿੱਚ 29 30 31 ਅਕਤੂਬਰ ਦੀ ਕਿ ਅਕਤੂਬਰ ਮਹੀਨੇ ਦੇ ਅੰਤਮ ਦੋ ਤਿੰਨ ਦਿਨਾਂ ਵਿੱਚ ਕੀ ਮੌਸਮੀ ਗਤੀਵਿਧੀਆਂ ਸੂਬੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਕਿ ਮੌਸਮ ਪੰਜਾਬ ਦਾ ਜਿਹੜਾ ਲਗਭਗ ਫਿਲਹਾਲ ਹੁਣ ਕੋਈ ਅਜਿਹਾ ਸਿਸਟਮ ਨਹੀਂ ਹੈ ਜਿਹਦੇ ਚੱਲਦੇ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਆਵੇ ਸੋ ਮੌਸਮ ਜਿਆਦਾ ਠੀਕ ਠਾਕ ਰਿਹਾ ਪਰ ਥੋੜੇ ਬਹੁਤ ਫੇਰ ਬਦਲ ਹਲਕੇ ਫੁਲਕੇ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆਪਾਂ ਹਵਾਵਾਂ ਦੀ ਹਵਾਵਾਂ ਫਿਲਹਾਲ ਹਲੇ ਉੱਤਰ ਪਛਮ ਦਿਸ਼ਾ ਤੋਂ ਚੱਲਣਗੀਆਂ ਕੁਝ ਇਲਾਕਿਆਂ ਵਿੱਚ 30 ਦੀ ਸ਼ਾਮ ਜਾਂ ਫਿਰ 31 ਤਰੀਕ ਤੋਂ ਲੈ ਕੇ ਨਵੰਬਰ ਦੇ ਪਹਿਲੇ ਦਿਨਾਂ ਵਿੱਚ ਪੂਰਬੀ ਹਵਾਵਾਂ ਦਾ ਰੁੱਖਾ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦੇ ਨਾਲ ਹੀ ਸਵੇਰ ਦੇ ਸਮੇਂ ਕੁਝ ਇਲਾਕਿਆਂ ਵਿੱਚ ਤੂਂਦਨਵਾ ਮਾਹੌਲ ਵੀ ਕੁਝ ਪਹਿਲੇ 1-2 ਘੰਟਿਆਂ ਲਈ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਿਨਾ ਹਵਾਵਾਂ ਜਿਵੇਂ ਦੱਸਿਆ ਕਿ ਉੱਤਰ-ਪੱਛਮ ਦੀ ਦਿਸ਼ਾ ਤੋਂ ਖੁਸ਼ਕ ਅਤੇ ਠੰਡੀਆਂ ਚੱਲਣਗੀਆਂ ਜਿਨ੍ਹਾਂ ਕਰਕੇ ਹੁਣ ਟੈਂਪਰੇਚਰ ਦੇ ਗਰਾਵਟਾ ਜਿਹੜੀ ਹੌਲੀ-ਹੌਲੀ ਰਫ਼ਤਾਰ ਦੇ ਨਾਲ ਜਾਰੀ ਹੈ ਅਤੇ ਦਿਨ ਦੀ ਲੰਬਾਈ ਦੀ ਗੱਲ ਕਰੀ ਤਾਂ ਦਿਨ ਦੀ ਲੰਬਾਈ ਵੀ ਹੁਣ ਘਟ ਕੇ ਲਗਭਗ 11 ਘੰਟੇ ਦੇ ਆਸ-ਪਾਸ ਆ ਚੁੱਕੀ ਹੈ ਤੇ ਉਸ ਤੋਂ ਬਿਨਾ ਬੱਦਲ ਬਈ ਨਾ ਮਾਤਰ ਰਹੇਗੀ ਤੇ ਜਿਹੜੇ ਦਿਨ ਦੇ ਟੈਂਪਰੇਚਰ ਹੋਣਗੇ ਜਿਆਦਾ ਤੋਂ ਜਿਆਦਾ ਉਹ ਲਗਭਗ ਆਪਾਂ ਨੂੰ 28 29 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲਣਗੇ ਅਤੇ ਰਾਤ ਦੇ ਤਾਪਮਨ ਘੱਟੋ-ਘੱਟ ਥੱਲੇ ਆ ਕੇ ਹੁਣ 17 18 ਡਿਗਰੀ ਦੇ ਆਸ-ਪਾਸ ਆਉਣਗੇ ਤੇ ਹੁਣ ਜਿਹੜਾ ਸਰਦੀ ਦੀ ਰੁੱਤ ਦੀ ਸ਼ੁਰੂਆਤ ਉਹ ਲਗਭਗ ਉਹਨੂੰ ਪੂਰੀ ਤਰ੍ਹਾਂ ਆਪਾਂ ਕਹਿ ਚੁੱਕੇ ਹਾਂ ਤੇ ਇਸ ਤੋਂ ਬਿਨਾਂ ਕੋਈ ਜਿਆਦਾ ਵੱਡੀ ਮੌਸਮ ਦੀ ਹਾਲਤ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਕੋਈ ਜਿਆਦਾ ਮੌਸਮ 'ਚ ਤਬਦੀਲੀ ਨਹੀਂ ਆਵੇਗੀ ਕੋਈ ਵੀ ਕਿਸੇ ਇਲਾਕੇ ਦੇ ਵਿੱਚ ਇਹ ਹਾ ਸਿਸਟਮ ਨਹੀਂ ਹੈ ਜਿਹੜਾ ਕਿ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡੀ ਹਲਚਲ ਲੈ ਕੇ ਆ ਸਕੇ ਸੋ ਜਿਹਦੇ ਚੱਲਦੇ ਮੌਸਮ ਪੰਜਾਬ ਦਾ ਜ਼ਿਆਦਾਤਰ ਸਾਫ਼ ਖੁਸ਼ਕ ਅਤੇ ਠੰਡ ਵਾਲਾ ਬਣਿਆ ਰਹੇਗਾ ਤੇ ਇਸ ਤੋਂ ਬਾਅਦ ਨਵੰਬਰ ਮਹੀਨੇ ਦੀ ਜਿਹੜੀ ਅਪਡੇਟ ਆ ਪੂਰੇ ਮਹੀਨੇ ਦੀ ਉਹ ਜਲਦੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ